ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਆਪਣੇ ਚੈਨਲ ਮਾਂ ਕਾ ਪਿਆਰਾ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਬਿੱਲ ਦਾ ਜੂਸ, ਜਿਹੜਾ ਕਿ ਬਹੁਤ ਹੀ ਟੇਸਟੀ ਬਣਦਾ। ਤੁਸੀਂ ਮਾਰਕੀਟ ਦੇ ਵਿੱਚ ਪੀਂਦੇ ਹੋ, ਪਰ ਉਹਦੇ ਵਿੱਚ ਕੈਮੀਕਲ ਕਾਫੀ ਜ਼ਿਆਦਾ ਪਾਏ ਜਾਂਦੇ, ਕਿਉਂਕਿ ਜਿਹੜੇ ਉਹਦੇ ਵਿੱਚ ਬਰਫ਼ ਪਾਉਂਦੇ ਨੇ ਉਹਦੇ ਵਿੱਚ ਕਾਫੀ ਕੈਮੀਕਲ ਹੁੰਦੇ ਨੇ। ਅੱਜ ਮੈਂ ਤੁਹਾਨੂੰ ਦੱਸੂੰਗੀ, ਕਿਉਂਕਿ ਇਹ ਤੋਂ ਕਾਫੀ ਫਰੈਂਡ ਡਰ ਜਾਂਦੇ ਨੇ ਵੀ ਇਹਦਾ ਜੂਸ ਬਣੂਗਾ ਕਿਵੇਂ, ਕਿਉਂਕਿ ਇਹਦੇ ਵਿੱਚ ਬੀਜ ਬਹੁਤ ਜ਼ਿਆਦਾ ਹੁੰਦੇ ਨੇ। ਅੱਜ ਮੈਂ ਤੁਹਾਨੂੰ ਪ੍ਰੋਪਰ ਬਣਾਉਣਾ ਦਿਖਾਊਂਗੀ। ਅਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਅਤੇ ਆਓ ਆਪਾਂ ਬਣਾਉਂਦੇ ਹਾਂ। ਲੈਣਾ ਇਹ ਦਿਨ ਮਾਰਕੀਟ ਦੇ ਵਿੱਚੋਂ ਨਾ ਤੁਹਾਨੂੰ 60-70 ਰੁਪਏ ਕਿਲੋ ਮਿਲ ਜੂਗਾ, ਥੋੜ੍ਹੇ ਜਿਹੇ ਵੱਡੇ ਸ਼ਹਿਰਾਂ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਕੋਸਟਲੀ ਮਿਲ ਜੂਗਾ। ਅਤੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਦੇਖੋ ਬਣਦਾ, ਮੈਂ ਪਹਿਲਾਂ ਨਾ ਮਾਰ ਕੇ ਨੀਚੇ ਇਹਨੂੰ ਭੰਨ ਲਿਆ, ਤੁਸੀਂ ਕਿਸੇ ਵੀ ਚੀਜ਼ ਨਾਲ ਭੰਨ ਸਕਦੇ ਹੋ। ਅਤੇ ਆਪਾਂ ਨੇ ਇਹਨੂੰ ਇੱਦਾਂ ਭੰਨ ਲੈਣਾ। ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਪ੍ਰੋਪਰ ਵੀ ਆਪਾਂ ਇਹਨੂੰ ਕੀ ਕਰਨਾ। ਹੁਣ ਆਪਾਂ ਜਿਹੜੀ ਇਹਦੀ ਗੁੱਦ ਹੈਗੀ ਇਹਨੂੰ ਸਾਰੀ ਨੂੰ ਇੱਦਾਂ ਕਟਿੰਗ ਕਰ ਲੈਣੀ ਹੈ ਚੰਗੇ ਤਰੀਕੇ ਦੇ ਨਾਲ। ਸਾਰੀ ਗੁੱਦ ਆਪਾਂ ਨੇ ਕੱਢ ਲੈਣੀ ਆ, ਅਤੇ ਆਪਾਂ ਹੁਣ ਇਹਦੇ ਵਿੱਚ ਨਾ ਪਾਣੀ ਐਡ ਕਰਾਂਗੇ। ਪਾਣੀ ਐਡ ਕਰਕੇ ਤੁਸੀਂ ਇਹਨੂੰ ਨਾ ਹੱਥ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਇਹਦਾ ਮੈਸ਼ ਕਰ ਲੈਣਾ। ਹੱਥ ਨਾਲ ਕਰ ਲਓ ਚਾਹੇ ਕਿਸੇ ਮੈਸਰ ਨਾਲ ਕਰ ਲਓ, ਕਿਸੇ ਵੀ ਚੀਜ਼ ਨਾਲ ਤੁਸੀਂ ਕਰ ਸਕਦੇ ਹੋ। ਹੱਥ ਨਾਲ ਕਰੋਗੇ ਤਾਂ ਪਹਿਲਾਂ ਹੱਥ ਨੂੰ ਚੰਗੇ ਤਰੀਕੇ ਨਾਲ ਵਾਸ਼ ਕਰ ਲੈਣਾ। ਇਸ ਤਰੀਕੇ ਨਾਲ ਨਾ ਆਪਾਂ ਇਹਨੂੰ ਕਿਸੇ ਵੀ ਚੀਜ਼ ਨਾਲ ਹੱਥ ਨਾਲ ਕਰ ਲਓ ਚਾਹੇ ਕਿਸੇ ਦੇ ਨਾਲ ਇੱਦਾਂ ਦੀ ਚੀਜ਼ ਨਾਲ ਇਹਨੂੰ ਮਿਕਸ ਕਰ ਲਓ। ਜਿਹੜੇ ਇਹਦੇ ਬੀਜ ਨੇ ਨਾ, ਵੈਸੇ ਜਿਹੜੇ ਇਹ ਵਾਲਾ ਬਿੱਲ ਹੈ ਨਾ ਇਹਦੇ ਵਿੱਚ ਬੀਜ ਕਾਫੀ ਘੱਟ ਨੇ, ਪਰ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਫਿਰ ਆਪਾਂ ਇਹਦੇ ਵਿੱਚ ਪਾਣੀ ਹੋਰ ਐਡ ਕਰ ਦਾਂਗੇ ਚੰਗੇ ਤਰੀਕੇ ਨਾਲ ਆਪਾਂ ਇਹਨੂੰ। ਦੇਖੋ ਇਸ ਤਰੀਕੇ ਨਾਲ ਕਰ ਲਿਆ ਨਾ। ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਇਹਦੇ ਬੀਜ ਨੇ ਉਹਨਾਂ ਦਾ ਕੀ ਹਾਲ ਹੋਇਆ। ਜਿਹੜੇ ਇਹਦੇ ਬੀਜ ਨੇ ਉਹ ਨਾ ਇੱਕ ਜਗ੍ਹਾ 'ਤੇ ਮਤਲਬ ਕਿ ਵੀ ਇਕੱਠੇ ਹੁੰਦੇ ਆ ਉਹ ਇੱਦਾਂ। ਦੇਖੋ ਪ੍ਰੋਪਰ ਨਾ ਇਸ ਦੇ ਵਿੱਚ ਦੇਖੋ ਸਾਰੇ ਬੀਜ ਇਹਦੇ ਵਿੱਚ ਨੇਗੇ। ਅਗਰ ਤੁਸੀਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਕੱਢਣ ਬੈਠੋਗੇ ਤੁਹਾਡੇ ਨਹੀਂ ਨਿਕਲਣੇ, ਤਾਂ ਤੁਸੀਂ ਪਾਣੀ ਪਾ ਕੇ ਥੋੜ੍ਹਾ ਜਿਹਾ ਪਾਣੀ ਹੋਰ ਮਿਕਸ ਕਰ ਲਓ। ਇਹਨੂੰ ਇੱਦਾਂ ਇੱਦਾਂ ਕਰ ਲਿਓ ਕਿਸੇ ਵੀ ਚੀਜ਼ ਦੇ ਨਾਲ ਜਿਹੜੇ ਇਹਦੇ ਬੀਜ ਨੇ ਨਾ, ਫਿਰ ਉਹਨਾਂ ਨੂੰ ਇੱਦਾਂ ਉਠਾ ਕੇ ਤੁਸੀਂ ਬਹੁਤ ਆਸਾਨੀ ਨਾਲ ਇਹਨਾਂ ਨੂੰ ਕੱਢ ਸਕਦੇ ਹੋ। ਦੇਖੋ ਫਿਰ ਵਿੱਚ ਹੀ ਗਏ ਵਿਚਾਰੇ, ਕਹਿੰਦੇ ਅਸੀਂ ਵੱਖ ਨਹੀਂ ਹੋਣਾ, ਪਰ ਆਪਾਂ ਵੱਖ ਕਰਾਂਗੇ ਉਹਨਾਂ ਨੂੰ। ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਪਾਣੀ ਪਾ ਕੇ ਦਿਖਾਉਂਦੀ ਹਾਂ, ਕਿਉਂਕਿ ਇੱਦਾਂ ਥੋੜ੍ਹਾ ਜਿਹਾ ਹਜੇ ਘੱਟ ਪਾਣੀ ਪਾਇਆ ਆਪਾਂ ਨੇ, ਠੀਕ ਹੈ। ਹਾਂਜੀ ਦੇਖੋ ਆਪਾਂ ਨੇ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਹੋਰ ਐਡ ਕਰ ਲਿਆ। ਅਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਜਿਹੜੇ ਇਹਦੇ ਬੀਜ ਨੇ ਇਹ ਨਾ ਇੱਕ ਕਵਰ ਦੇ ਵਿੱਚ ਹੁੰਦੇ ਨੇ ਇਸ ਤਰੀਕੇ ਨਾਲ। ਇਹਨੂੰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਕੱਢਣ ਦੀ, ਪਰ ਥੋੜ੍ਹਾ ਜਿਹਾ ਨਾ ਇੱਦਾਂ ਲਿਕੁਇਡ ਕਰ ਲਿਓ ਇਹਨੂੰ ਪੀਸ ਕੇ। ਅਗਰ ਤੁਸੀਂ ਕਹੋਗੇ ਵੀ ਨਾ ਆਪਾਂ ਐਂ ਪੀਸਾਂਗੇ ਤਾਂ ਵਿੱਚ ਮਿਕਸ ਹੋ ਜਾਣਗੇ, ਵਿੱਚ ਮਿਕਸ ਨਹੀਂ ਹੁੰਦੇ ਇਹ ਪ੍ਰੋਪਰ ਅਲੱਗ ਵਾਸਤੇ ਇੱਦਾਂ ਗੁੱਸੇ ਤੁਸੀਂ ਫੜ ਫੜ ਕੇ ਇੱਦਾਂ ਕੱਢ ਦਿਓ ਇਹਨਾਂ ਨੂੰ। ਜਦੋਂ ਤੁਸੀਂ ਇਹਨੂੰ ਐਂ ਦੱਬੋਗੇ ਨਾ ਤੁਹਾਨੂੰ ਇਹ ਬਿਲਕੁਲ ਇੱਦਾਂ ਦਿਖਣਗੇ। ਹਾਂ ਦੇਖੋ ਤੁਸੀਂ ਇਹਨਾਂ ਨੂੰ ਬਸ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਬਾਹਰ ਕੱਢ ਦੇਣਾ, ਕਿਉਂਕਿ ਅਗਰ ਬੀਜ ਤੁਸੀਂ ਵਿੱਚ ਪੀਸ ਲਏ ਮਿਕਸੀ ਦੇ ਵਿੱਚ ਤਾਂ ਤੁਹਾਡੀ ਨਾ ਇਹ ਜਿਹੜਾ ਜੂਸ ਹੈ ਉਹ ਕੜਵਾ ਹੋ ਜੂਗਾ। ਮਤਲਬ ਕਿ ਜਿਹੜੇ ਬੀਜ ਹੁੰਦੇ ਨੇ ਨਾ ਇਹਦੇ ਇਹ ਥੋੜ੍ਹੇ ਜਿਹੇ ਕੌੜੇ ਹੁੰਦੇ ਆ, ਅਤੇ ਬਸ ਇੱਕ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਾਹਰ ਕੱਢਦੇ ਜਾਵਾਂਗੇ। ਹਾਂਜੀ ਦੇਖੋ ਹੁਣ ਆਪਾਂ ਨੇ ਪ੍ਰੋਪਰ ਸਾਰੇ ਬੀਜ ਇਹਦੇ ਕੱਢਤੇ ਨੇਗੇ।
ਅਗਰ ਤੁਹਾਡੇ ਕੋਲ ਹੈ ਨਾ ਕੋਈ ਝਾਰਨੀ ਵਗੈਰਾ ਹੈਗੀ ਜਿਹੜੀਆਂ ਕਿ ਵੱਡੀਆਂ ਆਪਣੀਆਂ ਨਾ ਥੋੜ੍ਹੀ ਜਿਹੀ ਮੋਟੀ ਗਲੀਆਂ ਵਾਲੀ ਝਾਰਨੀ ਹੁੰਦੀ ਹੈ, ਤਾਂ ਤੁਸੀਂ ਹੈ ਨਾ ਉਹਦੇ ਵਿੱਚ ਵੀ ਇਹਨੂੰ ਥੋੜ੍ਹਾ ਜਿਹਾ ਪੁਣ ਸਕਦੇ ਹੋ, ਕਿਉਂਕਿ ਇਹਦੇ ਵਿੱਚ ਜਿਹੜੇ ਹੋਏ ਥੋੜ੍ਹੇ ਥੋੜ੍ਹੇ ਹੈ ਨਾ ਇੱਦਾਂ ਦੇ ਹੁੰਦੇ ਨੇ ਬਾਲ ਜੇ ਜਿਹੜੇ ਬੀਜਾਂ ਦੇ ਆਲੇ ਦੁਆਲੇ ਹੁੰਦੇ ਨੇ, ਉਹ ਵੀ ਨਿਕਲ ਜਾਣਗੇ। ਅਗਰ ਨਹੀਂ ਹੈਗਾ ਤਾਂ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਦਾਂ ਪਾਣੀ ਪਾ ਕੇ ਥੋੜ੍ਹਾ ਜਿਹਾ ਇੱਦਾਂ ਮੈਸ ਕਰ ਦਿਓ ਅਤੇ ਸਾਰੇ ਬੀਜ ਪ੍ਰੋਪਰ ਨਿਕਲ ਜਾਣਗੇ। ਹੁਣ ਆਪਾਂ ਇਹਨੂੰ ਅੱਗੇ ਬਣਾਉਣੇ ਆ ਜੂਸ। ਹੁਣ ਆਪਾਂ ਇਹਦੇ ਵਿੱਚ ਲੈ ਲੈਣਾ ਇੱਕ ਮਿਕਸੀ ਦਾ ਜੱਗ। ਹਾਂਜੀ, ਹੁਣ ਆਪਣਾ ਜਿਹੜਾ ਆਪਾਂ ਨੇ ਇਹ ਜੂਸ ਕੱਢਿਆ, ਮਤਲਬ ਕਿ ਬੀਜ ਕੱਢੇ ਨੇ ਜਿਹੜੇ ਦੇ, ਇਹਨੂੰ ਆਪਾਂ ਪਾ ਲਾਂਗੇ ਸਾਰੇ ਨੂੰ ਇੱਕ ਮਿਕਸੀ ਦੇ ਜੱਗ ਦੇ ਵਿੱਚ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਪਾ ਲਾਂਗੇ ਇਹਦੇ ਵਿੱਚ ਪਾਣੀ ਵੀ ਇਹਨੂੰ ਘੋਲ ਕੇ। ਅਤੇ ਹੁਣ ਆਪਾਂ ਪਾ ਲਾਂਗੇ ਇਹਦੇ ਵਿੱਚ ਬਰਫ਼ ਦੇ ਆਈਸ ਕਿਊਬ। ਅਗਰ ਤੁਹਾਡੇ ਕੋਲ ਆਈਸ ਕਿਊਬ ਨਹੀਂ ਹੈਗੇ ਤਾਂ ਤੁਸੀਂ ਬਰਫ਼ ਨੂੰ ਨਾ ਕਿਸੇ ਕੱਪੜੇ ਦੇ ਵਿੱਚ ਕੁੱਟ ਕੇ ਉਹ ਜੂਸ ਕਰ ਸਕਦੇ ਹੋ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ, ਜਿੰਨੀ ਕੁ ਤੁਸੀਂ ਪੀਣੀ ਚਾਹੁੰਦੇ ਹੋ। ਤੁਸੀਂ ਵਿਦਾਊਟ ਸ਼ੂਗਰ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਚੀਨੀ ਨਾ ਪਾਓ, ਅਤੇ ਮਿਸਰੀ ਵੀ ਪਾ ਸਕਦੇ ਹੋ। ਅਤੇ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ। ਹੁਣ ਆਪਾਂ ਇਹਨੂੰ ਕਰ ਦਾਂਗੇ ਢੱਕਣ। ਹਾਂਜੀ, ਹੁਣ ਆਪਾਂ ਮਿਕਸੀ ਦੇ ਮਤਲਬ ਕਿ ਜੱਗ ਦੇ ਵਿੱਚ ਇਹਦੇ ਵਿੱਚ ਬਰਫ਼, ਚੀਨੀ ਅਤੇ ਜਿਹੜਾ ਆਪਾਂ ਨੇ ਹੈ ਨਾ ਜੂਸ ਦਾ ਉਹ ਕੱਢਿਆ ਬਿੱਲ ਦਾ ਪਲੰਪ ਵਗੈਰਾ ਉਹ ਪਾ ਲਿਆ। ਹੁਣ ਆਪਾਂ ਇਹਨੂੰ ਮਿਕਸੀ ਨੂੰ ਚਲਾਵਾਂਗੇ। ਹਾਂਜੀ, ਆਪਾਂ ਨੇ ਹੁਣ ਲੈ ਲਏ ਗਲਾਸ ਦੋ ਅਤੇ ਆਪਣਾ ਜੂਸ ਬਿਲਕੁਲ ਰੈਡੀ ਹੈ। ਹੁਣ ਆਪਾਂ ਇਹਨੂੰ ਦੇਖੋ ਕਿੰਨਾ ਥਿੱਕ ਹੈ ਇਹ ਗਾੜਾ ਪੂਰਾ। ਦੇਖੋ ਇਹਦੇ ਵਿੱਚ ਨਾ ਡਰਾਈ ਫਰੂਟ ਨਹੀਂ ਪੈਂਦੇ, ਅਗਰ ਤੁਸੀਂ ਪਾਉਣੇ ਚਾਹੁੰਦੇ ਹੋ ਤਾਂ ਪਾ ਵੀ ਸਕਦੇ ਹੋ। ਅਤੇ ਆਪਾਂ ਇਹਦੇ ਵਿੱਚ ਚੈਰੀ ਪਾਵਾਂਗੇ ਇਕੱਲੀ। ਹੁਣ ਆਪਾਂ ਇਹਦੇ ਵਿੱਚ ਚੈਰੀ ਪਾ ਦਾਂਗੇ। ਚੈਰੀ ਵੀ ਨਾ ਦੋ ਤਿੰਨ ਤਰੀਕੇ ਦੀ ਮਿਲਦੀ ਹੈਗੀ। ਤੁਸੀਂ ਨਾ ਦੁਕਾਨਦਾਰ ਤੋਂ ਜਦੋਂ ਵੀ ਚੈਰੀ ਲੈਣੀ ਹੈ ਇਹ, ਤਾਂ ਤੁਸੀਂ ਉਹਨੂੰ ਕਹਿਣਾ ਵੀ ਅਸੀਂ ਨੇ ਜਿਹੜੀ ਚੈਰੀ ਹੈ ਇੱਕ ਹੈ ਨਾ ਘਮਰਾਉਂਦੇ ਦੀ, ਉਹ ਮਤਲਬ ਕਿ ਉਹਨੂੰ ਅਲੱਗ ਅਲੱਗ ਬ੍ਰਾਂਡ ਨੇ ਇਹ, ਅਸੀਂ ਉਹੀ ਲੈਣੀ ਹੈਗੀ। ਕਿਉਂਕਿ ਪਲਾਸਟਿਕ ਜੀ ਬਿੱਲ ਦੀ, ਪਪੀਤੇ ਦੀ, ਪਤਾ ਨਹੀਂ ਕਿਸ ਕਿਸ ਚੀਜ਼ ਦੀ ਆਈ ਜਾਂਦੀ ਹੈ ਜਿਹੜੀ ਕਿ ਬਿਲਕੁਲ ਟੇਸਟੀ ਨਹੀਂ ਹੁੰਦੀ। ਹਾਂਜੀ, ਦੇਖੋ ਆਪਣਾ ਬਿੱਲ ਦਾ ਜੂਸ ਬਣ ਕੇ ਰੈਡੀ ਹੈ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਪਲੀਜ਼ ਵੀਡੀਓ ਨੂੰ ਇੰਨੀ ਵਾਇਰਲ ਕਰਨਾ ਕਿ ਆਪਣੀ ਇਹ ਵੀਡੀਓ ਇੱਕ ਟਾਈਮ ਤੱਕ ਜ਼ਰੂਰ ਜਾਣੀ ਚਾਹੀਦੀ ਹੈ। ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ, ਇਸ ਨੂੰ ਜ਼ਰੂਰ ਬਣਾਉਣਾ ਇਹਦੀ।